ਸਤਿ ਸ਼੍ਰੀ ਅਕਾਲ ਜੀ ਸਾਰੀਆਂ ਭੈਣਾਂ ਨੂੰ ਸਵਾਗਤ ਹੈ ਤੁਹਾਡਾ ਸਰਬ ਕ੍ਰਿਸ਼ਨ YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਸਿਰਫ 4 ਸਲਾਈਆਂ ਦਾ ਆਪਣਾ ਡਿਜ਼ਾਈਨ ਹੈ ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਆ 4 ਦੇ ਮਲਟੀਪਲ ਇੱਕ ਕੁੰਡਾ ਆਪਾਂ ਬਾਧੂ ਲੈਣਾ ਜਿੰਨੇ ਜਿੰਨੇ ਵੀ ਕੁੰਡੇ ਆਪਾਂ ਲੈਣੇ ਹੋਣਗੇ 4 4 4 ਤੇ ਇੱਕ ਕੁੰਡਾ ਆਖਰ ਤੇ ਬਾਧੂ ਰੱਖਣਾ ਮੈਂ ਤੁਹਾਨੂੰ ਇਹ ਡਿਜ਼ਾਈਨ ਨਤੀ ਕੁੰਡਿਆਂ ਤੇ ਬਣਾ ਕੇ ਦਿਖਾ ਰਹੀ ਹਾਂ ਇਸ ਨੂੰ ਆਪਾਂ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਹਾਂ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਤੇ ਜਿਹੜੀਆਂ ਮੇਰੀਆਂ ਭੈਣਾਂ ਬਣਾਈ ਦਾ ਕੰਮ ਸਿੱਖ ਰਹੀਆਂ ਬਹੁਤ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲੈਣਗੀਆਂ ਛੋਟੀ ਬਣਾਈ ਦਾ ਆਪਣਾ ਡਿਜ਼ਾਈਨ ਹੈ ਮੈਂ ਤੁਹਾਨੂੰ ਇਹ ਡਿਜ਼ਾਈਨ 10 ਨੰਬਰ ਸਲਾਈਂਗ ਤੇ ਤਿੰਨ ਪਲਾਈ ਵਾਰਧਮਾਨ ਦੀ ਪਾਛਮ ਤੇ ਬਣਾ ਕੇ ਦਿਖਾ ਰਹੀ ਹਾਂ ਤੁਸੀਂ ਆਪਣੀ ਪਾਚਮ ਦੇ ਹਿਸਾਬ ਨਾਲ ਆਪਣੀਆਂ ਸਲਾਈਆਂ ਜਿਹੜੀਆਂ ਲੈ ਲੈਣੀਆਂ ਇਹ ਨੀਚੇ મે ਬਾਰਡਰ ਬਣਾਇਆ ਉਸ ਤੋਂ ਬਾਅਦ ਆਪਣਾ ਡਿਜ਼ਾਈਨ ਬਣਾਇਆ ਇਸੇ ਡਿਜ਼ਾਈਨ ਉੱਪਰ ਮੈਂ ਤੁਹਾਨੂੰ ਚਾਰ ਸਲਾਈਆਂ ਡਿਜ਼ਾਈਨ ਦੀਆਂ ਬਣਾ ਕੇ ਦਿਖਾਉਂਗੀ ਉਹੀ ਚਾਰ ਸਲਾਈਆਂ ਆਪਾਂ ਬਾਰ-ਬਾਰ ਰਿਪੀਟ ਕਰਦੇ ਜਾਣਾ ਤੇ ਆਪਣਾ ਡਿਜ਼ਾਈਨ ਇਸ ਤਰ੍ਹਾਂ ਬਣਦਾ ਜਾਊਗਾ ਤੇ ਚਲੋ ਫਿਰ ਸਟਾਰਟ ਕਰਦੇ ਆਪਾਂ ਆਪਣੇ ਡਿਜ਼ਾਈਨ ਨੂੰ ਬਣਾਉਣਾ ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਆਪਣੀ ਡਿਜ਼ਾਈਨ ਦੀ ਜਿਹੜੀ ਪਹਿਲੀ ਸਲਾਈ ਪਹਿਲੀ ਸਲਾਈ ਜਿਹੜੀ ਆਪਾਂ ਸਾਰੀ ਇਸ ਤਰ੍ਹਾਂ ਸਿੱਧੀ ਬਣ ਕੇ ਕੰਪਲੀਟ ਕਰ ਲੈਣੀ ਕੁੰਡੇ ਆ ਜਿਹੜੇ ਆਪਾਂ ਆਪਣੇ ਹਿਸਾਬ ਨਾਲ ਲੈ ਲੈਣੇ ਆ ਚਾਰ ਦੇ ਮਲਟੀਪਲ ਇੱਕ ਕੁੰਡਾ ਬਾਅਦ ਬਹੁਤ ਈਜ਼ੀ ਡਿਜ਼ਾਈਨ ਹੈ ਆਪਣਾ ਹੀ ਬਹੁਤ ਆਸਾਨੀ ਨਾਲ ਬਣ ਜਾਂਦਾ ਸਾਰੀ ਸਲਾਈ ਆਪਾਂ ਸਿੱਧੀ ਬਣ ਕੇ ਕੰਪਲੀਟ ਕਰ ਲੈਣੀ ਹੈ ਇੱਕ ਸਲਾਈ ਆਪਣੇ ਡਿਜ਼ਾਈਨ ਦੀ ਕੰਪਲੀਟ ਹੋ ਗਈ ਤੇ ਹੁਣ ਆਪਾਂ ਦੂਸਰੀ ਸਲਾਈ ਤੇ ਉਲਟ ਪਾਸੇ ਤੇ ਦੂਸਰੀ ਸਲਾਈ ਆਪਾਂ ਸਾਰੀ ਉਲਟੀ ਬਣ ਕੇ ਕੰਪਲੀਟ ਕਰ ਲੈਣੀ ਦੋਸ ਲਾਂਗਾ ਆਪਣੀਆਂ ਇਸ ਡਿਜ਼ਾਈਨ ਦੀਆਂ ਸਿੰਪਲ ਹੁੰਦੀਆਂ ਇੱਕ ਸਿੱਧੇ ਪਾਸੇ ਤੋਂ ਸਿੱਧੀ ਤੇ ਉਲਟ ਪਾਸੇ ਤੋਂ ਉਲਟੀ ਤੇ ਦੋਸ ਲਾਂਗਾ ਤੇ ਆਪਣਾ ਡਿਜ਼ਾਈਨ ਬਣਦਾ ਦੋ ਸਲੰਗ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਤੇ ਹੁਣ ਆਪਾਂ ਸਿੱਧੇ ਪਾਸੇ ਤੋਂ ਤੀਸਰੀ ਸਲਾਈ ਤੇ। ਇਹ ਕਿਹ ਗੁੰਡਾ ਆਪਾਂ ਇਸ ਤਰ੍ਹਾਂ ਤਾਰੂ ਚਾਹੇ ਬਣੂ ਆਪਣੀ ਮਰਜ਼ੀ ਇਸ ਤਰ੍ਹਾਂ ਮੈਂ ਤਾਰ ਲੈਣੀ ਐ ਇਸ ਨੂੰ। ਫਿਰ ਜਿਹੜੀ ਅੱਗੇ ਆਪਣੀ ਤਿੰਨ ਗੁੰਡੇ। ਚਾਰਾਂ ਤੇ ਡਿਜ਼ਾਈਨ ਬਣਨਾ ਆਪਣਾ। ਜਿਹੜੇ ਤਿੰਨ ਗੁੰਡੇ। ਜਿਹੜਾ ਆਪਣਾ ਤਿੰਨ ਗੁੰਡਿਆਂ ਵਿੱਚ ਇਹ ਵਿਚਾਲੜਾ ਗੁੰਡਾ ਇਹਨੂੰ ਆਪਾਂ ਅੱਗੇ ਲੈ ਆਉਣਾ। ਪਾਲਟ ਕੇ ਆਪਾਂ ਸਿੱਧਾ ਕਰ ਲੈਣਾ ਐ ਇਸ ਨੂੰ ਅੱਗੇ ਲੈ ਆਉਣਾ ਇਸ ਤਰ੍ਹਾਂ ਹੁਣ ਆਪਾਂ ਤਾਗਾ ਜਿਹੜਾ ਆਪਣਾ ਪਿੱਛੇ ਰੱਖਣਾ ਤੇ ਕੁੰਡੇ ਥੋੜੇ ਜਿਹਾ ਆਪਾਂ ਲੂਜ਼ ਕਰ ਲੈਣੀ ਐ ਇਸ ਤਰ੍ਹਾਂ ਫਿਰ ਆਪਾਂ ਤਿੰਨ ਕੁੰਡੇ ਜਿਹੜੇ ਆਪਣੇ ਤਿੰਨ ਕੁੰਡਿਆਂ ਦੇ ਤਿੰਨ ਕੁੰਡੇ ਬਣਾਉਣੇ ਆਪਾਂ ਪਹਿਲਾਂ ਤਿੰਨ ਕੁੰਡਿਆਂ ਵਿੱਚੋਂ ਆਪਾਂ ਪਿਛਲੀ ਸਾਈਡ ਤੇ ਇੱਕ ਕੁੰਡਾ ਬਣਾ ਲਿਆ ਫਿਰ ਆਪਾਂ ਤਾਗਾ ਅੱਗੇ ਕਰ ਲਿਆ ਦੋ ਕੁੰਡੇ ਬਣ ਗਏ ਆਪਣੇ ਫਿਰ ਆਪਾਂ ਫੇਰ ਤਿੰਨ ਕੁੰਡਿਆਂ ਦਾ ਪਿਛਲੀ ਸਾਈਡ ਤੋਂ ਇੱਕ ਬਣਾ ਲਾਂਗੇ ਤਿੰਨ ਕੁੰਡਿਆਂ ਦੇ ਆਪਣੇ ਤਿੰਨ ਕੁੰਡੇ ਬਣ ਗਏ ਤੇ ਚੌਥਾ ਕੁੰਡਾ ਆਪਣਾ ਇਹ ਡਿਜ਼ਾਈਨ ਵਾਲਾ ਤਾਂ ਅੱਗੇ ਕਰਕੇ ਆਪਾਂ ਉਲਟਾ ਬਣਾਈ ਕਰ ਲੈਣਾ ਚਾਰ ਕੁੰਡੇ ਹੋ ਗਏ ਆਪਣੇ ਡਿਜ਼ਾਈਨ ਵਾਲੇ ਇੱਕ ਕੁੰਡਾ ਜਿਹੜਾ ਆਪਾਂ ਬਾਅਦੂ ਇਹ ਉਤਾਰਿਆ ਸੀ ਤੇ ਚਾਰ ਕੁੰਡੇ ਆਪਣੇ ਡਿਜ਼ਾਈਨ ਵਾਲੇ ਹੁਣ ਫੇਰ ਉਸੇ ਤਰ੍ਹਾਂ ਤਾਗਾ ਪਿੱਛੇ ਫੇਰ ਉਸੇ ਤਰ੍ਹਾਂ ਆਪਾਂ ਜਿਹੜੇ ਤਿੰਨ ਕੁੰਡੇ ਇਹ ਵਿਚਾਲੜਾ ਕੁੰਡਾ ਜਿਹੜਾ ਆਪਾਂ ਪਲਟ ਕੇ ਅੱਗੇ ਲੈ ਆਉਣਾ ਇਸ ਨੂੰ ਕੁੰਡੇ ਇਸ ਤਰ੍ਹਾਂ ਥੋੜੇ ਜਿਹੀ ਆਪਾਂ ਲੂਜ਼ ਕਰਕੇ ਤਿੰਨ ਕੁੰਡਿਆਂ ਦੇ ਆਪਾਂ ਤਿੰਨ ਕੁੰਡੇ ਬਣਾਉਣੇ ਆ ਪਹਿਲਾਂ ਇੱਕ ਕੁੰਡਾ ਬਣਾ ਲਿਆ ਆਪਾਂ ਪਿਛਲੀ ਸਾਈਡ ਤੋਂ ਹੁਣ ਆਪਾਂ ਤਾਗਾ ਅੱਗੇ ਕਰ ਲੈਣਾ ਆਪਣਾ ਫੇਰ ਆਪਾਂ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਬਣਾ ਲੈਣਾ ਤਿੰਨ ਕੁੰਡਿਆਂ ਦੇ ਆਪਣੇ ਤਿੰਨ ਕੁੰਡੇ ਬਣ ਗਏ ਧਾਗਾ ਅੱਗੇ ਕਰਕੇ ਚੌਥਾ ਕੁੰਡਾ ਪਲਟਾ ਬਣਾਈ ਕਰ ਲੈਣਾ ਚਾਰ ਕੁੰਡਿਆਂ ਦਾ ਆਪਣਾ ਡਿਜ਼ਾਈਨ बार-बार ਆਪਾਂ ਐਸੇ ਡਿਜ਼ਾਈਨ ਨੂੰ ਇਸੇ ਤਰ੍ਹਾਂ ਹੀ ਰਿਪੀਟ ਕਰਨਾ ਹੈ ਇਸ ਲਾਈਨ ਨੂੰ ਹੁਣ ਫੇਰ ਉਸੇ ਤਰ੍ਹਾਂ ਮੋ ਕਾਲਾ ਡਾ ਕੁੰਡਾ ਜਿਹੜਾ ਆਪਾਂ ਅੱਗੇ ਲੈ ਆਉਣਾ ਪਲਟ ਕੇ ਸਿੱਧਾ ਕਰ ਲੈਣਾ ਫਿਰ ਤਿੰਨ ਕੁੰਡਿਆਂ ਦੇ ਆਪਾਂ ਤਿੰਨ ਕੁੰਡੇ ਬਣਾਉਣੇ ਪਹਿਲਾਂ ਆਪਾਂ ਤਿੰਨ ਕੁੰਡਿਆਂ ਦੇ ਇੱਕ ਕੁੰਡਾ ਬਣਾ ਲਿਆ ਹੁਣ ਆਪਾਂ ਤਾਂ ਅੱਗੇ ਅੱਗੇ ਕਰ ਲਿਆ ਦੋ ਕੁੰਡੇ ਬਣ ਗਏ ਫਿਰ ਤਿੰਨ ਕੁੰਡਿਆਂ ਚੋਂ ਪਿਛਲੀ ਸਾਈਡ ਤੇ ਕੁੰਡਾ ਬਣਾ ਲੈਣਾ ਤਿੰਨ ਕੁੰਡਿਆਂ ਦੇ ਤਿੰਨ ਗੁੰਡੇ ਬਣ ਗਏ ਆਪਣੇ ਤਾਂ ਅੱਗੇ ਚੌਥਾ ਕੁੰਡਾ ਪਲਟਾ ਬਣਾਈ ਕਰ ਲੈਣਾ ਚਾਰ ਕੁੰਡਿਆਂ ਦਾ ਆਪਣਾ ਡਿਜ਼ਾਈਨ ਆਪਾਂ ਇਸੇ ਤਰ੍ਹਾਂ ਬਣਾਉਦੇ ਜਾਣ ਫਿਰ ਆਪਣਾ ਚਾਰ ਕੁੰਡਿਆਂ ਦਾ ਡਿਜ਼ਾਈਨ ਉਸੇ ਤਰ੍ਹਾਂ ਤੀਸਰਾ ਕੁੰਡਾ ਜਿਹੜਾ ਆ ਪਾਗਗੇ ਲੈਣਾ ਪਲਟ ਕੇ ਸਿੱਧਾ ਕਰ ਲੈਣਾ ਫਿਰ ਪਿਛਲੀ ਸਾਈਡ ਤੋਂ ਉਸੇ ਤਰ੍ਹਾਂ ਤਿੰਨ ਕੁੰਡਿਆਂ ਦੇ ਤਿੰਨ ਗੁੰਡੇ ਬਣਾਉਣੇ ਆਪਾਂ ਤਿੰਨ ਕੁੰਡਿਆਂ ਦਾ ਇੱਕ ਬਣਾਇਆ ਪਹਿਲਾਂ ਆਪਾਂ ਫਿਰ ਧਾਗਾ ਅੱਗੇ ਕਰ ਲੈਣਾ ਦੋ ਕੁੰਡੇ ਬਣ ਗਏ ਫਿਰ ਤਿੰਨ ਕੁੰਡਿਆਂ ਦਾ ਇੱਕ ਬਣਾਉਣਾ ਤਿੰਨ ਦੇ ਤਿੰਨ ਬਣ ਗਏ ਫਿਰ ਧਾਗਾ ਅੱਗੇ ਚੌਥਾ ਕੁੰਡਾ ਲਟਾ ਚਾਰ ਕੁੰਡਿਆਂ ਦਾ ਆਪਣਾ ਡਿਜ਼ਾਈਨ ਫਿਰ ਉਸੇ ਤਰ੍ਹਾਂ ਧਾਗਾ ਪਿੱਛੇ ਕੁੰਡਾ ਪਾਲਟ ਕੇ ਆਪਾਂ ਅੱਗੇ ਕਰ ਲੈਣਾ ਫਿਰ ਤਿੰਨ ਕੁੰਡਿਆਂ ਦਾ ਇੱਕ ਬਣਾਇਆ ਫਿਰ ਧਾਗਾ ਅੱਗੇ ਦੂਸਰਾ ਕੁੰਡਾ ਬਣ ਗਿਆ ਫਿਰ ਤਿੰਨ ਕੁੰਡਿਆਂ ਦਾ ਇੱਕ ਬਣਾਇਆ ਤਿੰਨ ਤਾਂ ਤਿੰਨ ਕੁੰਡੇ ਬਣ ਗਏ ਆਪਣੇ ਧਾਗਾ ਅੱਗੇ ਕੁੰਡਾ ਉਲਟਾ ਧਾਗਾ ਪਿੱਛੇ ਉਸੇ ਤਰ੍ਹਾਂ ਫੇਰ ਕੁੰਡਾ ਆਪਾਂ ਅੱਗੇ ਲੈ ਆਉਣ

ਇਹ ਰੋਸੇ ਤਰ੍ਹਾਂ ਤਿੰਨ ਕੁੰਡਿਆਂ ਦੇ ਤਿੰਨ ਕੁੰਡੇ ਬਣਾਉਣੇ ਆਪਾਂ ਇੱਕ ਕੁੰਡਾ ਬਣ ਗਿਆ ਤਾਂ ਅੱਗੇ ਦੋ ਫਿਰ ਤਿੰਨ ਕੁੰਡਿਆਂ ਦਾ ਇੱਕ ਬਣਾਵਾਂਗੇ ਤਿੰਨ ਕੁੰਡੇ ਬਣ ਗਏ ਲਾਸਟ ਵਾਲਾ ਕੁੰਡਾ ਆਪਣਾ ਉਲਟਾ ਬਣੋ ਚਾਹੀ ਸਿੱਧਾ ਇਸ ਤਰ੍ਹਾਂ ਤੀਸਰੀ ਸਿਲਾਈ ਆਪਣੇ ਡਿਜ਼ਾਈਨ ਦੀ ਕੰਪਲੀਟ ਹੋ ਗਈ ਹੁਣ ਆਪਾਂ ਚੌਥੀ ਸਲਾਈ ਤੇ ਉਲਟ ਪਾਸੇ ਤੋਂ ਇਹ ਕੁੰਡਾ ਪਲਟਾ ਬਣਾਈ ਕਰ ਲਾਂਗੇ ਹੁਣ ਜਿਹੜੇ ਆਪਣੇ ਤਿੰਨ ਉਧਰ ਸਿੱਧੇ ਬੁਣੀਆ ਕੁੰਡੇ ਆਪਾਂ ਤਿੰਨ ਤੋਂ ਤਿੰਨ ਬਣਾਈ ਇਹਨਾਂ ਨੂੰ ਆਪਾਂ ਪਲਟੇ ਬਣਾਈ ਕਰਨਾ 1 2 3 ਜਿਹੜਾ ਉਧਰ ਇੱਕ ਕੁੰਡਾ ਉਲਟਾ ਬਣਿਆ ਉਸ ਨੂੰ ਆਪਾਂ ਸਿੱਧਾ ਬਣਾਉਣਾ ਹੈ

ਇਸੇ ਤਰ੍ਹਾਂ ਆਪਣੀਆਂ ਚਾਰ ਸਲਾਈਆਂ ਡਿਜ਼ਾਈਨ ਦੀਆਂ ਜਿਹੜੀਆਂ ਕੰਪਲੀਟ ਹੋ ਗਈਆਂ ਹੁਣ ਜਦੋਂ ਆਪਾਂ ਆਪਣਾ ਡਿਜ਼ਾਈਨ ਜਿਹੜਾ ਦੁਬਾਰਾ ਸਟਾਰਟ ਕਰਨ ਉਸੇ ਤਰ੍ਹਾਂ ਇੱਕ ਸਲਾਈ ਉੱਥੀ ਸਿੱਧੇ ਪਾਸੇ ਤੋਂ ਉਲਟ ਪਾਸੇ ਤੋਂ ਇੱਕ ਸਲਾਈ ਵਰਟੀ ਫਿਰ ਅੱਗੇ ਦੋ ਸਲਾਈਆਂ ਜਿਹੜੀਆਂ ਡਿਜ਼ਾਈਨ ਵਾਲੀਆਂ ਚਾਰ ਸਲਾਈਆਂ ਆਪਾਂ ਬਾਰ-ਬਾਰ ਰਿਪੀਟ ਕਰਦੇ ਜਾਈਏ ਬਹੁਤ ਸੋਹਣਾ ਡਿਜ਼ਾਈਨ ਬਣਦਾ ਆਪਣਾ ਜੇਕਰ ਤੁਹਾਨੂੰ ਡਿਜ਼ਾਈਨ ਵਧੀਆ ਤੇ ਸੋਹਣਾ ਲੱਗਿਆ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਸਾਰਬ ਕ੍ਰੇਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣੀ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਜਿਹੜਾ ਡਿਜ਼ਾਈਨ ਆ ਤੁਹਾਨੂੰ ਗੈਸ ਤਰ੍ਹਾਂ ਦਾ ਲੱਗਾ ਧੰਨਵਾਦ